देशों विदेशों की खबर देखने लिए सबसक्राइब करो साडा चैनल ते बैल आइकन दबाना ना भुलना। फगवाड़ा शहर रोड से कार बेकाबू होने के नाल एक भयानक सड़क हादसा वापरिया जिस विच एक नौजवान की मौत हो गई अते दूसरा नौजवान मौत नाल जूझ रहा है। फगवाड़ा के हुशियारपुर रोड विखे स्थित रोमी ढाबे के नज़दीक एक भयानक सड़क हादसा वापरिया। लोगों ने दसिया कि कार बेकाबू हो के दरखत के नाल जा टकराई। कार विच दो नौजवान मौजूद सन जो कि गंभीर रूप नाल जख्मी हो गए। जख्मियों नू फगवाड़ा के सिविल अस्पताल विखे लिया गया जिथे कि डॉक्टर ने एक नौजवान नू मृतक घोषित कर दिता अते दूसरे नौजवान की हालत नू गंभीर देखते हुए उसनू जलंधर विखे एक प्राइवेट हस्पताल विच रैफर कर दिता गया है। उक्त दोनों नौजवानों की पहचान विवेक शर्मा सन ऑफ विनोद कुमार उम्र 24 साल जिन्हों की मौत हो चुकी है अते जख्मी नौजवान उदय वीर सन ऑफ राकेश कुमार उम्र 24 साल दोनों ही हिमाचल प्रदेश के रहने वाले हैं। ਕਿੱਥੇ ਹੋਇਆ ਐਕਸੀਡੈਂਟ ਸਰ? ਇਹ ਜਿਹੜਾ ਜੀ ਐਕਸੀਡੈਂਟ ਆ ਹੁਸ਼ਿਆਰਪੁਰ ਰੋਡ ਤੇ ਰੂਮੀ ਢਾਬੇ ਦੇ ਲਾਗੇ ਹੋਇਆ। ਹਾਂਜੀ। ਤੇ ਉੱਤੇ ਗੱਡੀ ਜਿਹੜੀ ਇਹਨਾਂ ਦੀ ਦਰਖਤ ਦੇ ਨਾਲ ਟਕਰਾਈ ਹੋਈ ਆ। ਹਾਂਜੀ। ਬੰਦਿਆਂ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ, ਇੱਕ ਦੀ ਤੇ ਮੌਕੇ ਤੇ ਹੀ ਡੈਥ ਹੋ ਚੁੱਕੀ ਆ। ਦੂਜਾ ਜਿਹੜਾ ਕੀ ਵਿਅਕਤੀ ਦਾ ਕੀ ਨਾਮ ਆ ਜਿਹੜੇ ਜਿਹਦੀ ਡੈਥ ਹੋਈ ਆ ਜੀ? ਉਹਦਾ ਸ਼ਾਇਦ ਪੱਕਾ ਨਾਮ ਵਿਵੇਕ ਪਤਾ ਲੱਗਿਆ, ਬਾਕੀ ਸਾਰਾ ਕਨਫਰਮ ਕਰ ਰਹੇ ਆ। ਕਿੱਥੇ ਦੇ ਰਹਿਣ ਵਾਲੇ ਆ? ਇਹ ਊਨਾ ਸ਼ਹਿਰ ਦੇ ਰਹਿਣ ਵਾਲੇ ਆ। ਤੇ ਜਿਹੜਾ ਦੂਜਾ ਮੁੰਡਾ ਸੀਗਾ ਅਜੇ ਵੀਰ, ਉਹਨੂੰ ਇੱਥੋਂ ਉਦੇ ਵੀਰ ਹਾਂਜੀ, ਉਹਨੂੰ ਉਹਦੀ ਜਿਹੜੀ ਹਾਲਾਤ ਸੀ ਜ਼ਿਆਦਾ ਸੀਰੀਅਸ ਹੋਣ ਕਰਕੇ ਉਹਨੂੰ ਡਾਕਟਰ ਸਾਹਿਬ ਨੇ ਫਸਟ ਏਡ ਦੇ ਕੇ ਉਹਨੂੰ ਰੈਫਰ ਕਰ ਦਿੱਤਾ ਜਲੰਧਰ ਵਾਸਤੇ, ਜੌਲ ਹੋਸਪਿਟਲ ਲੈ ਕੇ ਗਏ ਨੇ। ਅਤੇ ਇਹ ਜਿਹੜਾ ਦੂਜਾ ਮੁੰਡਾ ਆ ਉਹਦੀ ਡੈੱਡ ਬੋਡੀ ਮੋਰਚਰੀ ਵਿੱਚ ਰੱਖੀ ਗਈ ਆ। ਅਸੀਂ ਉੱਥੋਂ ਮੌਕੇ 'ਤੇ ਕਨਵੇ ਕਰਕੇ ਇੰਤਜ਼ਾਮ ਅਤੇ ਇਹਨਾਂ ਨੂੰ ਇੱਥੇ ਤੱਕ ਪਹੁੰਚਦੇ ਕੀਤਾ ਹੈ। ਮੌਕੇ 'ਤੇ ਪੁਲਿਸ ਆਈ ਸੀ? ਮੌਕੇ 'ਤੇ ਪੁਲਿਸ ਬਾਅਦ 'ਚ ਆਈ, ਥੋੜ੍ਹੀ ਦੇਰ ਬਾਅਦ ਆਈ ਸੀਗੀ। ਅਤੇ ਮੌਕੇ 'ਤੇ ਅਸੀਂ ਉੱਥੋਂ ਕੱਢ ਕੇ ਇਹਨਾਂ ਨੇ ਬੱਚਿਆਂ ਨੂੰ ਅਤੇ ਗੱਡੀਆਂ ਦੇ ਵਿੱਚ ਪਾ ਕੇ ਹੋਸਪਿਟਲ ਨੂੰ ਭੇਜ ਦਿੱਤਾ। ਤੁਹਾਡਾ ਕੀ ਨਾਮ? ਮੇਰਾ ਨਾਮ ਅਮਰੀਕ ਸਿੰਘ, ਵਿਲੇਜ ਸੀਕਰੀ, ਸਰਪੰਚ ਪਿੰਡ ਸੀਕਰੀ ਤੋਂ। ਉੱਥੇ ਹੀ ਮੌਕੇ 'ਤੇ ਪਹੁੰਚੇ ਇਨਵੈਸਟੀਗੇਸ਼ਨ ਆਫਿਸਰ ASI ਚਮਕੌਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਭਾਅ ਜੀ, ਇੱਕ ਹੁਸ਼ਿਆਰਪੁਰ ਰੋਡ 'ਤੇ ਰੋਮੀ ਢਾਬੇ ਲਾਗੇ ਇੱਕ ਨਾ ਐਕਸੀਡੈਂਟ ਹੋਇਆ। ਕੋਈ ਕਾਰ ਬੇਕਾਬੂ ਹੋ ਕੇ ਦਰਖਤ ਵਿੱਚ ਲੱਗੀ, ਦੋ ਨੌਜਵਾਨ ਅਤੇ ਇੱਕ ਦੀ ਮੌਤ ਹੋ ਗਈ ਹਸਪਤਾਲ ਆਉਣ ਸਾਰ, ਅਤੇ ਇੱਕ ਸੀਰੀਅਸ ਹੈ ਉਹ ਜੌਹਲ ਹੋਸਪਿਟਲ ਜਲੰਧਰ ਦਾ ਰੈਫਰ ਕਰਤਾ। ਕਾਰਵਾਈ ਚੱਲ ਰਹੀ ਹੈ। ਅਤੇ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ? ਸਾਡਾ ਹਾਲੇ ਕੋਈ ਪੜਤਾਲ ਦੇ ਵਿੱਚ ਪਤਾ ਨਹੀਂ ਲੱਗਿਆ, ਹਾਲੇ ਤਾਂ ਅਸੀਂ ਮਲਕੇ ਹੋਸਪਿਟਲ ਆਏ ਹਾਂ ਇੱਥੇ ਫਗਵਾੜੇ, ਉਦੋਂ ਬਾਅਦ ਜੋ ਵੀ ਪਤਾ ਲੱਗੂਗਾ ਦੱਸਿਆ ਜਾਊਗਾ। ਹਾਲੇ ਕਾਰਵਾਈ ਚੱਲ ਰਹੀ ਹੈ। ਕਿੱਥੋਂ ਦੇ ਰਹਿਣ ਵਾਲੇ ਨੌਜਵਾਨ ਨੇ ਇਹ? ਉਨੇ ਦੇ ਰਹਿਣ ਵਾਲੇ ਨਹੀਂ, ਸਾਨੂੰ ਇੰਨਾ ਪਤਾ ਲੱਗਿਆ ਵੀ ਉਨੇ ਦੇ ਰਹਿਣ ਵਾਲੇ ਨੇ। ਕਾਰ ਨੰਬਰ ਕੀ ਹੈ? ਕਾਰ ਨੰਬਰ ਤਾਂ ਹਾਲੇ ਸਾਰਾ ਕੀ ਗਏ ਨੇ, ਅਸੀਂ ਤਾਂ ਹੋਸਪਿਟਲ ਆਏ ਹਾਂ, ਉਦੋਂ ਬਾਅਦ ਸਾਰੀ ਆਪ ਨੂੰ ਡਿਟੇਲ ਵਿੱਚ ਦੱਸਿਆ ਜਾਊਗਾ। ਹਾਲੇ ਸਾਡੀ ਪੜਤਾਲ ਚੱਲ ਰਹੀ ਹੈ ਇਨਵੈਸਟੀਗੇਸ਼ਨ। ਕਿੱਧਰੋਂ ਆ ਰਹੇ ਸੀ? ਇਹ ਫਗਵਾੜੇ ਵੱਲੋਂ ਹੁਸ਼ਿਆਰਪੁਰ ਨੂੰ ਜਾ ਰਹੇ ਤੇ ਸਾਰਾ। ਓਕੇ, ਹਾਂਜੀ ਸਰ। ਤੇ ਰੋਮੀ ਢਾਬੇ ਕੋਲੋਂ ਆਏ? ਹਾਂ, ਰੋਮੀ ਢਾਬੇ ਦੇ ਲਾਗੇ ਕਿੱਲਾ ਕੁ ਅੱਗੇ ਜਾ ਕੇ ਹੁਸ਼ਿਆਰਪੁਰ ਵੱਲ ਹੋਏ। ਕੁਛ ਪਤਾ ਨਹੀਂ ਲੱਗਿਆ, ਦੋ ਨੌਜਵਾਨ ਸਵਾਰ ਸੀ ਜੀ, ਉੱਥੇ ਕੁਛ ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਕੋਈ ਪਤਾ ਨਹੀਂ ਲੱਗਿਆ ਸਰ ਕੀ ਹੋਇਆ ਜੀ। ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਦੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਆਉਣ ਵਿੱਚ। ਕਾਰ 'ਚ ਕਿੰਨੇ ਜਣੇ ਸੀ? ਦੋ ਜਣੇ। सिर्फ एक फोन कॉल तो अपनी किस्मत बदलो। हर पासे तो निराश लोग एक बार जरूर फोन करो। टेवा जनवत्री वेख के हर समस्या का 101% हल। मन चाया प्यार, प्यार विच धोखा, सस नू दा झगड़ा, पति पत्नी च अनबन, सौतन दुश्मन तो छुटकारा, कारोबार नौकरी, घर विच बरकत दा ना होना, कर्ज तो मुक्ति, करियर, लव मैरिज, लव प्रॉब्लम सोल्यूशन, मन चाहे प्रेम विवाह, विदेश यात्रा, शिव शक्ति ज्योतिष, बंगा रोड सामने GB हस्पताल फगवाड़ा। मोबाइल नंबर +91 9815268925।